ਬੇਸ਼ੱਕ ਜੀਲਾ ਪ੍ਰਸ਼ਾਸਨ ਹੋਵੇ ਚਾਹੇ ਤਹਿਸੀਲ ਪੱਦਰੀ ਪ੍ਰਸ਼ਾਸਨ ਹੋਵੇ ਲੱਖ ਦਾਅਵੇ ਕਰਨ ਕੀ ਚਾਇਨਾ ਡੋਰ ਤੇ ਪੂਰੀ ਤਰ੍ਹਾਂ ਨਕੇਲ ਕੱਸ ਚੁੱਕੇ ਆ ਪਰ ਹਕੀਕਤ ਜਿਹੜੀ ਆ ਉਹ ਕੁਝ ਹੋਰ ਬਿਆਨ ਕਰਦੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਦਸੂਹਾ ਤੋਂ ਜਿੱਥੇ ਕਿ ਇੱਕ ਪਿਓ ਪੁੱਤ ਆਪਣੇ ਵਹੀਕਲ ਤੇ ਜਾ ਰਹੇ ਸੀ ਤੇ ਚਾਇਨਾ ਡੋਰ ਦਾ ਸ਼ਿਕਾਰ ਹੋਏ ਸਭ ਤੋਂ ਪਹਿਲਾਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾ ਦੇਣ ਇੱਕ ਛੋਟਾ ਬੱਚਾ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚਾਰ ਉਂਗਲਾਂ ਉਹਦੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਹਾਲਾਂਕਿ ਉਸਦੀ ਗਰਦਨ ਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਚਾਇਨਾ ਡੋਰ ਕਿਸ ਤਰ੍ਹਾਂ ਫੇਰ ਚੁਕੀ ਹੈ ਜਾਨ ਜਾ ਸਕਦੀ ਸੀ ਬੱਚੇ ਦੀ ਉੱਥੇ ਹੀ ਉਹਦੇ ਪਿਤਾ ਦੀ ਆਪਾਂ ਗੱਲ ਕਰੀਏ ਪਿਤਾ ਵੀ ਜੋ ਸਕੂਟਰੀ ਚਲਾ ਰਹੇ ਸੀਗੇ ਉਹਨਾਂ ਨੇ ਕੱਪੜੇ ਵੀ ਜੈਕਟ ਪਾਈ ਸੀ ਮੋٹے ਕੱਪੜੇ ਸਿਆਲੀ ਜਿਹੜੇ ਪਾਏ ਹੋਏ ਸੀਗੇ ਫਿਰ ਵੀ ਇਹ ਚਾਈਨਾ ਡੋਰ ਜਿਹੜੀ ਖੂਨੀ ਡੋਰ ਆਪਾਂ ਜਿਸ ਨੂੰ ਕਹਿੰਦੇ ਆ ਉਹ ਉਹਨਾਂ ਦੇ ਕੱਪੜਿਆਂ ਨੂੰ ਵੱਢਦੀ ਹੋਈ ਜਿਹੜੀ ਆ ਉਹਨਾਂ ਨੂੰ ਵੀ ਜ਼ਖਮੀ ਕੀਤਾ ਸਾਡੇ ਨਾਲ ਉਹਨਾਂ ਦੇ ਫਾਦਰ ਮੌਜੂਦ ਨਾਲ ਗੱਲਬਾਤ ਕਰ ਲੈ ਸਰ ਕੀ ਹੋਇਆ ਸੀ ਮਾਮਲਾ ਕਿੱਥੇ ਜਾ ਰਹੇ ਸੀ ਕਿੱਦਾਂ ਹੋਈ ਸਾਰੀ ਵਾਰਤ ਐਕਚੁਅਲੀ ਐਦਾਂ ਸੀਗਾ ਜੀ ਅਸੀਂ ਦਸੂਏ ਜਾ ਰਹੇ ਸੀ ਇਹ ਹਰਦੋ ਤਲੋ ਦਸੂਏ ਗਏ ਆ ਉੱਥੋਂ ਡੈਰੀ ਦਾ ਦੁੱਧ ਲਿਆ ਇਹ ਕਹਿੰਦਾ ਪਾਪਾ ਮੇਰੀ ਸਾਈਕਲ ਹੀ ਖਰਾਬ ਆ ਉਹਦਾ ਟਾਇਰ ਲੈਣਾ ਸੀਗਾ ਉਹ ਸਾਈਕਲ ਦੀ ਉਹ ਪਈਏ ਸਾਹਮਣੇ ਦਾ ਅਸੀਂ ਟਾਇਰ ਲੈਣ ਗਏ ਬਾਜ਼ਾਰ ਚ ਤੇ ਚਲੋ ਟਾਇਰ ਸਾਨੂੰ ਨਹੀਂ ਮਿਲਿਆ ਉਸਤੇ ਮੁਰਦੇ ਪਾਸੇ ਵਿਜੇ ਮਾਰਕਸ ਅਸੀਂ ਦੁਬਾਰਾ ਬ੍ਰਿਜ ਤੇ ਆਏ ਆ ਜਦੋਂ ਬ੍ਰਿਜ ਤੇ ਅਸੀਂ ਟੌਪ ਤੇ ਆਏ ਆ ਉਹ ਪਤਾ ਨਹੀਂ ਉੱਪਰ ਦੋ ਪਤੰਗ ਆਇਆ ਜਾਂ ਪੇਚਾ ਲੱਗਾ ਸੀ ਅਸੀਂ ਧਿਆਨ ਨਹੀਂ ਮਾਰਿਆ ਉਹ ਇਹ ਮੇਰੇ ਕੋਲ ਅੱਗੇ ਖੜਾ ਸੀ ਮੇਰੇ ਨਾਲ ਗੱਲਾ ਕਰ ਰਿਹਾ ਸੀ ਹੌਲੀ ਸੀ ਸਲੋ ਸੀਗੇ ਉਹ ਜਿਸ ਦਿਨ ਆਇਆ ਨਾ ਇਹਦੇ ਹੱਥਾਂ 'ਚ ਐ ਆ ਗਿਆ ਇਹਨਾਂ ਆਪਣਾ ਬਚਾਉਣ ਲਈ ਆਪਣੇ ਹੱਥ ਅੱਗੇ ਕੀਤੇ ਹੱਥ ਬਚਦੇ ਬਚਦੇ ਤੇ ਇੱਥੋਂ ਕਰਕੇ ਤੇ ਉਹ ਹਿੱਟ ਮੇਰੇ ਇੱਥੇ ਹੋਏ ਆ ਮੇਰੇ ਚਾਰੇ ਕੱਪੜੇ ਫਟ ਗਏ ਔਰ ਮੈਨੂੰ ਹਿੱਟ ਕਰਕੇ ਨਾਲ ਦੀ ਟਰੱਕ ਕ੍ਰਾਸ ਕਰ ਰਿਹਾ ਸੀਗਾ ਉਹਦੇ ਨਾਲ ਉਹ ਜਿਹੜੀ ਡੋਰ ਸੀ ਟੁੱਟੀ ਆ ਜੇ ਉਹ ਨਾ ਟੁੱਰਦੀ ਤਾਂ ਸਾਡਾ ਹੋਰ ਨੁਕਸਾਨ ਹੋ ਜਾਣਾ ਸੀ ਜਾਂ ਕੋਈ ਪਿੱਛੇ ਆ ਰਿਹਾ ਸੀ ਉਹਨਾਂ ਨੂੰ ਨੁਕਸਾਨ ਹੋ ਜਾਣਾ ਸੀਗਾ ਤੇ ਅਸੀਂ ਇਹ ਕੰਨੇ ਆ ਵੀ ਇਹੋ ਜਿਹਾ ਕੋਈ ਕਾਂਡ ਨਾ ਕਿਸੇ ਨਾਲ ਹੋਵੇ ਅੱਜ ਮੇਰੇ ਨਾਲ ਹੋਇਆ ਕੱਲ ਕਿਸੇ ਹੋਰ ਬੱਚੇ ਨਾਲ ਜਾਂ ਹੋਰ ਕਿਸੇ ਪਿੱਛਾ ਨਾਲ ਹੋਵੇ ਤੇ ਇਸੇ ਆਪਾਂ ਇਹ ਚੋਣਾਂ ਵਿਸਾਧਨ ਤੋਂ ਮੰਗ ਮੰਗਦੇ ਆ ਵੀ ਇਹੋ ਜਿਹਾ ਥੱਲ ਪਾਈਏ ਇਹ ਕੰਮਾਂ ਨੂੰ ਤੇ ਜਿਹੜੇ ਵੇਚਦੇ ਆ ਜਾਂ ਜਿਹੜੇ ਲੈਂਦੇ ਆ ਉਹਨਾਂ ਵੀ ਮੇਰੀ ਅਪੀਲ ਹੈ ਭਾਈ ਅੱਜ ਮੇਰੇ ਨਾਲ ਹੀ ਹੋਇਆ ਕੱਲ ਤੁਹਾਡੇ ਨਾਲ ਵੀ ਹੋ ਸਕਦਾ ਆ ਤੇ ਅਸਰਕੇ ਤੁਸੀਂ ਵੀ ਵੇਚਾਂ ਤੇ ਔਰ ਤੁਸੀਂ ਵੇਚਦੇ ਜਾਂ ਲੈਂਦੇ ਤੇ ਥੋੜੀ ਪਾਬੰਦੀ ਰੱਖੋ ਕਿਉਂਕਿ ਅਸੀਂ ਬੱਚੇ ਬਾਜ਼ਾਰ ਜਾਣਾ ਹੁੰਦਾ ਆ ਉਹ ਕਈ ਹਿੱਟ ਹੋਏ ਉੱਥੇ ਮੈਨੂੰ ਪਤਾ ਲੱਗਾ ਔਰ ਦੂਜੀ ਗੱਲ ਇਹ ਹੈਗੀ ਆਪਣੇ ਪ੍ਰਸ਼ਾਸਨ ਤੇ ਵੀ ਮੰਗ ਕਰਦਾ ਤੁਸੀਂ ਵੀ ਥੋੜਾ ਇਹਨੂੰ ਠੱਲ ਪਾਈ ਜਾਵੇ ਆਸੇ-ਪਾਸੇ ਨਿਗਾਹ ਮਾਰੇਓ ਦੇਖੋ ਵੀ ਕਿਤੇ ਇਹੋ ਜਿਹਾ ਕੰਮ ਤਾਂ ਨਹੀਂ ਹੋ ਰਿਹਾ ਹੈਗਾ ਅਸੀਂ ਇਹੀ ਮੰਗ ਮੰਗਦੇ ਆ ਤੇ ਵੀ ਕਿਸੇ ਨਾਲ ਹੋਇਆ ਸਾਡੇ ਨਾਲ ਹੋਵੇ ਉਹ ਬਾਕੀ ਦਸੂਆ ਹਸਪੀਟਲ ਵੱਲੋਂ ਬਹੁਤ ਉਹਨਾਂ ਨੂੰ ਮੈਂ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਮੇਰਾ ਬੱਚਾ ਤੁਰੰਤ ਉਹਨਾਂ ਨੇ ਦੇਖਿਆ ਉਹਦੇ ਬੱਚੇ ਦੇ ਟਰੀਟਮੈਂਟ ਕੀਤਾ ਉਹਨਾਂ ਨੇ ਸਹੀ ਡੀਲਿੰਗ ਕੀਤੀ ਹੈ ਔਰ ਉਹਨਾਂ ਵੀ ਮੈਂ ਬਹੁਤ ਧੰਨਵਾਦ ਕਰਦਾ ਦਸੂਆ ਹਸਪੀਟਲ ਦਾ ਬਾਕੀ ਆਪਣੇ ਘਮਰ ਸਿੰਘ ਜੀ ਨੂੰ ਬੜੀ ਅਪੀਲ ਹੈ ਬਹੁਤ ਵਧੀਆ ਆਪਣਾ ਫਰਜ਼ ਨਿਭਾ ਰਹੇ ਆ ਪਰ ਉਹਨਾਂ ਨੂੰ ਇੱਕ ਹੋਰ ਮੇਰੇ ਵੱਲੋਂ ਅਪੀਲ ਹੈ ਵੀ ਉਹ ਥੋੜਾ ਜਿਹਾ ਹੋਰ ਧਿਆਨ ਦੇਣ ਔਰ ਆਪਣੇ ਉਜਿਤਗਾਰੀਆਂ ਨੂੰ ਵੀ ਕਹਿਣ ਵੀ ਇਸ ਚੀਜ਼ ਦੇ ਠੱਲ ਪਾਈ ਜਾਵੇ ਉਹ ਦੇਖਿਆ ਜਾਵੇ ਕਿਤੇ ਇਹੋ ਜਿਹਾ ਕਾਂਡ ਹੋਰ ਤਾਂ ਨਹੀਂ ਕਿਸੇ ਨਾਲ ਹੋ ਸਕਦਾ ਤੇ ਐਸੀ ਅੱਜ ਮੈਂ ਇਸ ਚੀਜ਼ ਦਾ ਖਚਕਾਰ ਹੋਇਆ ਕੱਲ ਕੋਈ ਨਾ ਹੋਵੇ ਪੁਲਿਸ ਪ੍ਰਸ਼ਾਸਨ ਤੇ ਕਹਿ ਰਹੀ ਕਿ ਅਸੀਂ ਠੱਲ ਪਾ ਚੁੱਕੇ ਆ ਕਿ ਕਾਫੀ ਹਦ ਤੱਕ ਵੱਡੀ ਮਾਤਰਾ ਵਿੱਚ ਚਾਇਨਾ ਡੋਰ ਵੀ ਫੜਦੇ ਨੇ ਪਰ ਕੀ ਲੱਗਦਾ ਕਿ ਹਜੇ ਵੀ ਜਿਹੜਾ ਆ ਇਹ ਚਾਇਨਾ ਡੋਰ ਜਿਹੜੀ ਆ ਬਿਕਰੀਆ ਬਜਾਰਾਂ ਚ ਉਹ ਇਸ ਤਰ੍ਹਾਂ ਹੈਗਾ ਹਾਂ ਪੁਲਿਸ ਆਪਣਾ ਪੂਰਾ ਕੰਮ ਕਰ ਰਹੀ ਆ ਪਰ ਉਹਨਾਂ ਦੇ ਬਾਭਿ ਹੁੰਦੇ ਬਾਈ ਵੀ ਲੋਕ ਇਹੋ ਜੇ ਸ਼ੈਤਾਨ ਹੈਗੇ ਆ ਜਿਹੜੇ ਚੋਰੀ ਲੈਂਦੇ ਆ ਉਹ ਚੋਰੀ ਵੇਚਦੇ ਆ ਪਰ ਉਹ ਆਪਣੀ ਡਿਊਟੀ ਨਿਭਾ ਰਹੇ ਪਰ ਉਹਨਾਂ ਨੂੰ ਵੀ ਮੈਨੂੰ ਇੱਕ ਅਪੀਲ ਆ ਵੀ ਦੁਆਰਾ ਇਸ ਚੀਜ਼ ਤੇ ਫੇ ਵੀ ਤੁਸੀਂ ਨੱਥ ਪਾਓ ਵੀ ਜਿਹੜੇ ਫੇ ਵੀ ਚੋਰੀ ਕਰਦੇ ਆ ਉਹਨਾਂ ਚੋਰੀ ਦੀ ਚੀਜ਼ ਦੇ ਠੱਲ ਪਾਈ ਜਾਵੇ ਪਰ ਉਹ ਸਾਡਾ ਪ੍ਰਸ਼ਾਸਨ ਕੰਮ ਕਰ ਰਿਹਾ ਪਰ ਅਸੀਂ ਇਹ ਮੰਗ ਕਰਦੇ ਥੋੜੀ ਹੋਰ ਇੱਥੇ ਠੱਲ ਪਾਈ ਜਾਵੇ ਜਿਵੇਂ ਨਸ਼ਾ ਵਿਰੋਧੀ ਕੰਮ ਚੱਲਿਆ ਇਸੇ ਵਿਰੋਧੀ ਦੇ ਕੰਮ ਵੀ ਚੱਲਣਾ ਚਾਹੀਦਾ ਕਿਉਂਕਿ ਅੱਜ ਮੇਰਾ ਨੁ ਇਹ ਗਰਦਨ ਵੀ ਬੜੀ ਸਾਜੀ ਸੀ ਮੇਰੇ ਵੀ ਬਾਜੀ ਪੂਰੀ ਲੱਤ ਸਾਜੀ ਜਿੱਤੇ ਇੰਨਾ ਗਾਂਢ ਹੋਇਆ ਕਿ ਮੇਰੇ ਚਾਰੇ ਕੱਪੜੇ ਫਟ ਚੁੱਕੇ ਆ ਔਰ ਮੈਂ ਮਤਲਬ ਇਹ ਚੀਜ਼ ਮੈਂ ਠੱਲ ਚਾਹਣਾ ਠੱਲ ਪਹਿਣੀ ਚਾਹੀਦੀ ਆ ਕੋਈ ਐਸੀ ਚੀਜ਼ ਦੇ ਬੰਦੇ ਸੁਣੀ ਚਾਹੀਦੀ ਹੈ ਮੇਰੇ ਵੱਲੋਂ ਇਹ ਅਪੀਲ ਆ ਬਾਕੀ ਜਦੋਂ ਤੁਹਾਡਾ ਬੇਟਾ ਜ਼ਖਮੀ ਹੁੰਦਾ ਤਾਂ ਉਸ ਨੂੰ ਕਿਸ ਤਰ੍ਹਾਂ ਤੁਸੀਂ ਲੈ ਕੇ ਪਹੁੰਚੇ ਫਿਰ ਹਸਪੀਟਲ ਹਸਪੀਟਲਿਸਮ ਐਸੇ ਬਾਈਕ ਮੈਂ ਬੰਦ ਨਹੀਂ ਕੀਤੀ ਕਿਉਂ ਮੈਂ ਸਲੋ ਸੀਗਾ ਮੈਂ ਬਾਈਕ ਮੈਂ ਬੰਦ ਨਹੀਂ ਕੀਤੀ ਜੇ ਮੈਂ ਬੰਦ ਕਰਦਾ ਮੇਰੇ ਉੱਪਰ ਜੇ ਪਿੱਛੋਂ ਗਾੜੀਆਂ ਟਰੱਕ ਆ ਰਹੇ ਸੀ ਉਹ ਪਚੜ ਜਾਣ ਸੀਗੇ ਉਹ ਜਿਸ ਤਰ੍ਹਾਂ ਇਹਨੂੰ ਦਿਖਾਇਆ ਪਪਾ ਡੋਰ ਆ ਗਈ ਡੋਰ ਆ ਗਈ ਉਹ ਇੱਥੇ ਕਰਦੇ ਮੇਰੇ ਉੱਪਰ ਸਿੱਟੀ ਆ ਉਹ ਮੇਰੇ ਸੇ ਫਟ ਕੇ ਨਾਲ ਟਰੱਕ ਆਇਆ ਉਹ ਟਰੱਕ ਦੇ ਨਾਲ ਡੋਰ ਟੁੱਟ ਕੇ ਉਹ ਗਈ ਉਹ ਜੇ ਨਾ ਉਹ ਟੁੱਟਦੀ ਸ਼ਾਇਦ ਉਹਦਾ ਮੇਰਾ ਵੀ ਨੁਕਸਾਨ ਹੋ ਸਕਦਾ ਬਰਬਾਦ ਕਰਦੇ ਹੋਏ ਇਹਨੂੰ ਤੁਰੰਤ ਮੈਂ ਹਸਪੀਟਲ ਖੜਿਆ ਪਰ ਉੱਥੇ ਜਾਂਦੇ ਉਹਨਾਂ ਨੇ ਤੁਰੰਤ ਮੇਰੇ ਬੱਚੇ ਨੂੰ ਦੇਖਿਆ ਟ੍ਰੀਟਮੈਂਟ ਬਾਕੀ ਕੰਮ ਛੱਡ ਕੇ ਇਹਦਾ ਟ੍ਰੀਟਮੈਂਟ ਪਹਿਲਾਂ ਕੀਤਾ ਗਿਆ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਟਰੱਕ ਆਇਆ ਹਾਂਜੀ ਉਹਦੀ ਧੱਕੇ ਨਾਲ ਜਿਹੜੀ ਤਾਰ ਟੁੱਟੀ ਲੱਗਦਾ ਕਿ ਇਹ ਤਾਰ ਨਾ ਟੁੱਟਦੀ ਤੇ ਕੁਝ ਹਨ ਹੋਣੀ ਹਾਂ ਹੋਣੀ ਹੋ ਹੋ ਸਕਦੀ ਜਿਹੜੇ ਮੇਰੇ ਪਿੱਛੇ ਬਾਈਕ ਦੇ ਤੁਰੇ ਸੀ ਉਹਨਾਂ ਦਾ ਨ ਵੀ ਹਿੱਟ ਹੋ ਸਕਦਾ ਸੀਗਾ ਉਹ ਟਰੱਕ ਦੀ ਵਜਨ ਨੇ ਟੁੱਟੀ ਕਿਉਂ ਇੰਨੀ ਹਾਰਡ ਸੀ ਉਹ ਮੇਰੇ ਤੋਂ ਟਕੜੀ ਸਕੇ ਮੇਰੇ ਕੱਪੜੇ ਫੜ ਗਏ ਉਹ ਟਰੱਕ ਦੇ ਯਾਗ ਗਰੀ ਆ ਉਹ ਟਰੱਕ ਗਿਰਨ ਦੇ ਨਾਲ ਉਹ ਟੁੱਟ ਕੇ ਉਹ ਗਈ ਆ ਤੇ ਉਹ ਜਿਹੜੇ ਪਿੱਛੇ ਆਏ ਉਹਨਾਂ ਦਾ ਵੀ ਪਚਾ ਹੋਇਆ ਹੈਗਾ ਤੇ ਉਹ ਮੈਂ ਜਿਆਦਾ ਟਾਈਮ ਨਾ ਗਵਾਉਂਦੇ ਹੋਏ ਤੇ ਤੁਰੰਤ ਇਹਨੂੰ ਹਸਪੀਟਲ ਖਰੇ ਆ ਇਹ ਮੇਰੇ ਹੈਗਾ ਜੀ ਬਿਲਕੁਲ ਜਿਸ ਤਰ੍ਹਾਂ ਪਰਿਵਾਰ ਫਾਦਰ ਮੰਗ ਕਰ ਰਹੇ ਨੇ ਕਿ ਚਾਈਨਾ ਡੋਰ ਤੇ ਪ੍ਰਤੀਮਤ ਪੂਰੀ ਤਰ੍ਹਾਂ ਲੱਗਣੀ ਚਾਹੀਦੀ ਹੈ ਸਾਡੇ ਨਾਲ ਇਸ ਬੱਚੇ ਦੀ ਮਦਰ ਵੀ ਮੌਜੂਦ ਨਾ ਪੈ ਜੀ ਕੀ ਲੱਗਦਾ ਕਿ ਤੁਹਾਡੇ ਬੱਚਾ ਇੰਨਾ ਜ਼ਖਮੀ ਹੋਇਆ ਹੈ ਨਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਕਿਉਂਕਿ ਹੋਰ ਨਾ ਕਿਸੇ ਬੱਚੇ ਨਾਲ ਜਾਂ ਕਿਸੇ ਹੋਰ ਨਾਲ ਹਾਦਸਾ ਹੋਵੇ ਸੇਦਾ ਭਾਜੀ ਇਹ ਹੀ ਕਹਿੰਨੇ ਆ ਵੀ ਸਾਡਾ ਬੱਚਾ ਉੱਦਣ ਦਾ ਡਰ ਗਿਆ ਨਾ ਰੋਟੀ ਖਾਂਦਾ ਨਾ ਪਾਣੀ ਹੋਣਾ ਇਹਨੂੰ ਹਸਪੀਟਲ ਅਸੀਂ ਕੱਲ ਵੀ ਲੈ ਕੇ ਜਾਣਾ ਸੀ ਕੱਲ ਵੀ ਕਹਿੰਦਾ ਮੈਂ ਪਾਪਾ ਜਾਣਾ ਨਹੀਂ ਹੈਗਾ ਮੈਨੂੰ ਡਰ ਲੱਗਦਾ ਹੁਣ ਜਾਂਦੇ ਬਾਹਰ ਤੇ ਇਹਦੇ ਰਿਸ਼ਤੇਦਾਰ ਵੀ ਸਾਡੇ ਕਹਿੰਦੇ ਆ ਰੀ ਮਾਸੀ ਕੋਧ ਕਹਿੰਦੀ ਸੀ ਮੈਂ ਆਉਣ ਨੂੰ ਇਹ ਕਹਿੰਦਾ ਵੀ ਨਹੀਂ ਜਾਣਾ ਹੈਗਾ ਆਉਣਾ ਨਹੀਂ ਕਹਿੰਦਾ ਤੁਸੀਂ ਚੋਰਾ ਗਿਆ ਬੱਚਾ ਹਾਂਜੀ ਖਬਰ ਆ ਗਿਆ ਡਰ ਸੜਕ ਤੇ ਜਾਣ ਤੋਂ ਵੀ ਡਰਦਾ ਹੈ ਹਾਂਜੀ ਸੜਕ ਤੇ ਜਾਣ ਤੋਂ ਵੀ ਡਰ ਗਿਆ ਆ ਇਹ ਇਹਦੀਆਂ ਉਂਗਲਾਂ ਉਹਨੂੰ ਖਿੱਚ ਪੈ ਜਾਂਦੀ ਚਲੋ ਫੇਰ ਵੀ ਹਨਾ ਪਰਮਾਤਮਾ ਨੇ ਸਾਨੂੰ ਮੁੜ ਕੇ ਸਾਡੇ ਝੋਲੀ ਪਾਇਆ ਆ ਤੇ ਅਸੀਂ ਤਾਂ ਇਹੀ ਕਹਿੰਦੇ ਵੀ ਬਾਬੇ ਦੇ ਜਾਂਦੇ ਸੀ ਉਹਨਾਂ ਨੇ ਇਹਨਾਂ ਨੂੰ ਹੱਥ ਦੇ ਕੇ ਰੱਖਿਆ ਆ ਮਾਲਕ ਬਚਾਉਣ ਵਾਲਾ ਮਾਲਕ ਮਾਲਕ ਬਚਾਉਣ ਵਾਲਾ ਆ ਇਹਨਾਂ ਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜੋ ਉੱਦ ਦਾ ਸਾਡੇ ਨਾਲ ਇਹ ਹਾਸਾ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਇਹ ਡੋਰ ਬੰਦ ਕਰਨੀ ਚਾਹੀਦੀ ਆ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਬੱਚੇ ਦੀ ਜਾਨ ਜਾ ਸਕਦੀ ਸੀ ਤੇ ਇੱਕ ਸਿਰਫ ਚਾਈਨਾ ਡੋਰ ਜਿਸ ਨੂੰ ਕਿ ਖੂਨੀ ਡੋਰ ਕਿਹਾ ਜਾਂਦਾ ਉਸ ਦੀ ਗਲਤੀ ਨਾਲ ਤੇ ਉੱਥੇ ਹੀ ਪ੍ਰਸ਼ਾਸਨ ਨੂੰ ਵੀ ਹੁਣ ਚਾਹੀਦਾ ਹੈ ਕਿ ਇਸ ਡੋਰ ਤੇ ਪੂਰੀ ਤਰ੍ਹਾਂ ਨਕੇਲ ਕੱਸੀ ਜਾਵੇ ਤੇ ਜਿਹੜੇ ਵੀ ਲੋਕ ਇਸ ਤਰ੍ਹਾਂ ਦੀ ਡੋਰ ਨੂੰ ਵੇਚਣ ਦੇ ਵਪਾਰ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ ਇਟਨ ਪੰਜਾਬ